ਸੁਬਾਸ਼ ਅੱਜ ਅਸੀਂ ਚੱਲੇ ਆ ਜੀ ਸੰਤਾ ਦੇ ਬਰਥਡੇ ਦੀ ਡੈਕੋਰੇਸ਼ਨ ਦੀ ਸ਼ਾਪਿੰਗ ਕਰਨ ਡੈਕੋਰੇਸ਼ਨ ਐਂਡ ਗਿਫਟਸ ਜਿਹੜੇ ਅਸੀਂ ਲੈਣੇ ਆ ਵੈਸੇ ਤਾਂ ਅਸੀਂ ਆਰਡਰ ਕੀਤੇ ਹੋਏ ਸੀਗੇ ਡੈਕੋਰੇਸ਼ਨ ਦਾ ਸਾਰਾ ਸਮਾਨ ਆਰਡਰ ਕੀਤਾ ਹੋਇਆ ਸੀਗਾ ਸ਼ੀਨ ਤੋਂ ਤੇ ਬਹੁਤ ਜਦੋਂ ਮੈਂ ਇੰਦਰ ਦਾ ਕੀਤਾ ਸੀਗਾ ਸ਼ੀਨ ਤੋਂ ਆਰਡਰ ਡੈਕੋਰੇਸ਼ਨ ਦਾ ਸਟਫ ਉਦੋਂ ਮੈਂ ਸੰਤਾ ਦਾ ਨਾਲ ਦੀ ਨਾਲ ਕਰਤਾ ਸੀਗਾ ਕਿਉਂਕਿ ਮੈਨੂੰ ਆਇਆ ਸੀਗਾ 10 ਦਿਨਾਂ ਡਿਫਰੈਂਸ ਆ ਕਿ ਪਹਿਲਾਂ ਹੀ ਆਜੂਗਾ ਡੈਕੋਰੇਸ਼ਨ ਇੰਨਾ ਕਿਆ ਡੈਕੋਰੇਸ਼ਨ ਕੀਤਾ ਸੀ ਆਰਡਰ ਬੜੀ ਕਿਆ ਆਰਡਰ ਕੀਤੀ ਸੀਗੀ ਮੈਂ ਵੀ ਨਾਲ ਹੀ ਆਰਡਰ ਕਰਾਈ ਸੀ ਇਹਨੂੰ ਦੇ ਬਟ ਚਲੋ ਨਹੀਂ ਆਈ ਤੇ ਹੁਣ ਲੈ ਆਵਾਂਗੇ ਅਸੀਂ ਤੇ ਦੂਸਰੀ ਗੱਲ ਅਸੀਂ ਅੱਜ ਬਾਹਰ ਯਾਰ ਡੈਕੋਰੇਸ਼ਨ ਕਰਨੀ ਸੀ ਅਸੀਂ ਜਿਵੇਂ ਕੱਲ ਵਾਲਾ ਮੌਸਮ ਹੁੰਦਾ ਜਦੋਂ ਵੀ ਅਸੀਂ ਸੋਚਦੇ ਆ ਨਾ ਕਿ ਬਾਹਰ ਡੈਕੋਰੇਸ਼ਨ ਕਰਨੀ ਆ ਉਦੋਂ ਹੀ ਮੀਂਹ ਪੈ ਜਾਂਦਾ ਮੈਨੂੰ ਤਾਂ ਗੁੱਸਾ ਆਉਂਦਾ ਰੇ ਅਸੀਂ ਗਿਫਟਸ ਦੇਖਣੇ ਆ ਐਂਡ ਡੈਕੋਰੇਸ਼ਨ ਦੇਖਣੀ ਆ ਸੋ ਲੈਟਸ ਗੋ ਗਾਇਜ਼ ਨਾਮ ਮੇਰੇ ਤੇ ਪਾਰਸਲ ਸੀ ਇੱਕ ਜਸ਼ਨ ਦਾ ਇੱਕ ਅੰਦਰ ਦਾ ਮੇਰਾ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਗਲਤ ਗੱਲ ਆ ਟੰਮੀ ਜਿਹੜਾ ਨਾ ਆਇਆ ਆਹੋ ਲਾਈਕ ਇੰਦਰ ਦਾ ਜਿਹੜੇ ਗਿਫਟ ਦੇਣੇ ਸੀ ਮੈਂ ਉਹ ਹੁਣ ਆਏ ਨੇ ਇੱਕ ਜਸ਼ਨ ਦਾ ਆ ਚਲੋ ਪਾਰਸਲ ਹੀ ਬੜੇ ਲੇਟ ਆ ਰਿਹਾ ਪਾਰਸਲ ਆ ਹੀ ਨਹੀਂ ਰਹੇ ਹੁਣ ਸ਼ੀਨ ਵਾਲੇ ਨੂੰ ਕਿੰਨਾ ਟਾਈਮ ਹੋ ਗਿਆ ਲਾਈਕ ਇਹ ਤਾਂ ਗਲਤ ਗੱਲ ਆ ਪਾਰਸਲ ਹੀ ਨਹੀਂ ਆਉਂਦੇ ਯਾਰ ਤੂੰ ਨਾ ਕਰ ਆਨਲਾਈਨ ਆਰਡਰ ਬਟ ਅੱਗੇ ਆ ਜਾਂਦੇ ਆ ਮੇਰੇ ਇੰਨੇ ਸਾਰੇ ਪਾਰਸਲ ਅੜੇ ਪਏ ਆ ਸਾਰਿਆਂ ਦੇ ਅੜੇ ਪਏ ਆ ਪਤਾ ਨਹੀਂ ਕੀ ਗੱਲ ਆ ਕਿ ਉਹ ਲੋਕਡਾਊਨ ਕਰਕੇ ਹਸਤਾ ਜੇ ਕੋਵਿਡ ਹੋ ਗਿਆ ਸੀ ਨਾ 500 ਬੰਦਿਆਂ ਨੂੰ ਜਿਹੜੇ ਕੰਮ ਕਰਦੇ ਸੀ ਆਸਟ੍ਰੇਲੀਆ ਪੋਸਟ ਤੇ ਜਿਹੜਾ ਟੌਮੀ ਵਾਲਾ ਪਾਰਸਲ ਸੀਗਾ ਜਿਹੜਾ ਮੈਂ ਗਿਫਟ ਆਰਡਰ ਕੀਤਾ ਤੁਹਾਡੇ ਲਈ ਉਹ ਹੁਣ ਆਏ ਨੇ ਜਾ ਕੇ ਤੁਹਾਡੇ ਬਰਥਡੇ ਮੰਥ ਚ ਦੇਣੇ ਸੀਗੇ ਨਵੰਬਰ ਚ ਆ ਰਹੇ ਨੇ ਉਹ ਯਾਰ ਸਾਰੇ ਪਾਰਸਲ ਹੀ ਬੜੇ ਲੇਟ ਸੀਰੀਅਸਲੀ ਕੋਈ ਗੱਲ ਨਹੀਂ ਅੱਜ ਮੈਂ ਐਕਸਾਈਟਡ ਆ ਵੀ ਕੀ ਆਰਡਰ ਕੀਤਾ ਅੱਜ ਮੈਂ ਇਕੱਠੇ ਪਹਿਲਾਂ ਤੋਂ ਮੈਨੂੰ ਇਕੱਲਾ ਦੇਣਾ ਸੀਗਾ ਅੱਜ ਮੈਂ ਇਕੱਠੇ ਖੋਲ ਲੂੰਗਾ ਲੈਟਸ ਸੀ ਗਾਇਸ ਹੁਣ ਅਸੀਂ ਆ ਗਏ ਆ ਕੇ ਮਾਰਟ ਐਂਡ ਇੱਥੇ ਕਾਫੀ ਆਪਸ਼ਨਸ ਮਿਲ ਜਾਂਦੀ ਆ ਪਹਿਲਾਂ ਅਸੀਂ ਬਾਰਗੇਨ ਬਸਟਰ ਜਾਂਦੇ ਹੁੰਦੇ ਆ ਹਨਾ ਬਰਥਡੇ ਡੈਕੋਰ ਲੈਣ ਬਟ ਪਿੰਕ ਤੇ ਗੋਲਡ ਥੀਮ ਰੱਖ ਰਹੇ ਐਂਡ ਅਸੀਂ ਪਿੰਕ ਐਂਡ ਗੋਲਡ ਥੀਮ ਰੱਖ ਰਹੇ ਆ ਇਹੀ ਮੈਂ ਸ਼ੀਨ ਤੋਂ ਆਰਡਰ ਕੀਤਾ ਸੀ ਪਿੰਕ ਐਂਡ ਗੋਲਡ ਬਟ ਐਨੀਵੇਸ ਇੱਥੇ ਵੀ ਸਾਨੂੰ ਵਧੀਆ ਆਪਸ਼ਨ ਮਿਲ ਜਾਣੀ ਆ ਬਟ ਉਦਾਂ ਦੀ ਸ਼ਾਇਦ ਉਦਾਂ ਦੀ ਤਾਂ ਨਹੀਂ ਮਿਲਣੀ ਅਸੀਂ ਬਾਰਗੇਨ ਬਸਟਰ ਤੇ ਕਰਦੇ ਹੁੰਦੇ ਆ ਬਟ ਇਸ ਵਾਰੀ ਕੇਮਾਰਟ ਤੋਂ ਆਏ ਆ ਕਿਉਂਕਿ ਕਈ ਵਾਰ ਨਾ ਕੇਮਾਰਟ ਹੁੰਦਾ ਨਹੀਂ ਸਮਾਨ ਤੇ ਬਟ ਅੱਛਾ ਹਾਂ ਮੈਂ ਤੁਹਾਨੂੰ ਦੱਸਦੀ ਆ ਇੱਧਰ ਆਓ ਦੇਖੀ ਕਿੱਦਾਂ ਭੱਜ ਰਹੀ ਨਹੀਂ ਇੱਕ ਮਿੰਟ ਗਾਇਸ ਨਹੀਂ ਸੁਣੋ ਤੁਹਾਨੂੰ ਮੇਰੀ ਸੁਣ ਖੜੇ ਗੱਲ ਸੁਣੋ ਮੇਰੀ ਗਾਇਸ ਇੰਦਰ ਨਾ ਉੱਥੇ ਜਾ ਰਹੇ ਸੀ ਬਾਰਗੇਨ ਬਸਟਰ ਮੈਂ ਕਿਹਾ ਕੇਮਾਰਟ ਚੱਲੋ ਉੱਥੇ ਵਧੀਆ ਆਪਸ਼ਨਸ ਹੁੰਦੀਆਂ ਨੇ ਵਧੀਆ ਉੱਥੇ ਸਮਾਨ ਮਿਲ ਜਾਂਦਾ ਨਹੀਂ ਕਹਿੰਦੇ ਜੇ ਨਾ ਮਿਲਿਆ ਦੇਖੀ ਉੱਥੇ ਕੁਛ ਨਹੀਂ ਹੁੰਦਾ ਹੁਣ ਇੱਥੇ ਇੰਨਾ ਵਧੀਆ ਸਮਾਨ ਪਿਆ ਹੁਣ ਦੱਸੋ ਕੀ ਵਿਚਾਰ ਆ ਕੋਈ ਵਿਚਾਰ ਨਹੀਂ ਵਾਲੇ ਖਰਾਬ ਆ ਸੁਣੋ ਨਾ ਹੈਪੀ ਬਰਥਡੇ ਹਾਂ ਇਹ ਸੋਣਾ ਇਹ ਠੀਕ ਆ ਇਹ ਵੀ ਆਪਾਂ ਨੂੰ ਪਟ ਪਟ ਕੇ ਲਾਉਣੇ ਪੈਣਗੇ ਸਟicker ਇਹਦੇ ਉੱਤੇ ਹਾਂ ਜਿਆਦੇ ਆ ਇਹਦਾ ਕਿਵੇਂ ਅਸੀਂ ਆਹ ਵਾਲਾ ਸਟicker ਪਟ ਕੇ ਇਹਦੇ ਉੱਤੇ ਲਾਉਣੇ ਪੈਣੇ ਆ ਪੀਲ ਕਰਕੇ ਲਾਣੇ ਆ ਹਾਂ ਕੀ ਕੱਟ ਕੱਟ ਕੇ ਪੀਲ ਕਰਕੇ ਲਾ ਲਾਂਗੇ ਬਟ ਆਪਣੇ ਕੋਲ ਇੰਨਾ ਟਾਈਮ ਨਹੀਂ ਕੋਈ ਹੋਰ ਦੇਖ ਲਓ ਟਾਈਮ ਘੱਟ ਆ ਉਹਦੇ ਆਉਣ ਤੋਂ ਪਹਿਲਾਂ ਡੈਕੋਰੇਸ਼ਨ ਕਰਨੀ ਆ ਗਾਇਸ ਅਸੀਂ ਆ ਲਿਆ ਇੱਕ ਤਾਂ ਸੈਲਫ ਸੀਲਿੰਗ ਬੈਲੂਨਸ ਲਿਆ ਹਨਾ ਇਹ ਆਪਣੇ ਆਪ ਸੀਲ ਹੋ ਜਾਂਦੇ ਆ ਤੇ ਇੱਕ ਆ ਟੈਂਕ ਆਪਣੇ ਆਪ ਖੁੱਲ ਜਾਂਦੇ ਆ ਹਾਂ ਇੱਕ ਆ ਟੈਂਕ ਲਿਆ ਹੀਲੀਅਮ ਗੈਸ ਵਾਲਾ ਲਿਆ ਕਿਉਂ ਅਸੀਂ ਆਪ ਟਰਾਈ ਕਰਨਾ ਚਾਹੁੰਦੇ ਆ ਵੈਸੇ ਉੱਥੋਂ ਵੀ ਇੰਨੇ ਦੀ ਮਿਲਦਾ ਜੇ ਅਸੀਂ ਫੁੱਲੇ ਫਲਾਏ ਲੈਂਦੇ ਆ ਉਹ ਵੀ ਇੰਨੇ ਦੀ ਪੈਂਦੇ ਆ ਬਟ ਅਸੀਂ ਇਹ ਟੈਂਕ ਵੀ ਟਰਾਈ ਕਰਨਾ ਚਾਹੁੰਦੇ ਆ ਵੀ ਕਿੱਦਾਂ ਕੀ ਹਿਸਾਬ ਕਿਤਾਬ ਆ ਸੋ ਇਸ ਕਰਕੇ ਉਹ ਟੈਂਕ ਲੈ ਲਿਆ ਕੋਈ ਐਡਾ ਨਹੀਂ ਹੈਗਾ ਵੀ ਜੇ ਤੁਸੀਂ ਟੈਂਕ ਲੈਣੇ ਆਪ ਫਲਾਉਣੇ ਤਾਂ ਉਹ ਸਸਤਾ ਪਊਗਾ ਹੈਗਾ ਸੇਮ ਪ੍ਰਾਈਸ ਆ ਉਧਰ ਵੀ $30 ਚ 30 ਬੈਲੂਨ ਫੁੱਲਦਾ ਇਹ ਆਈ ਥਿੰਕ 39 ਦਾ ਬਟ ਇਹਦੇ ਵਿੱਚ ਬੈਲੂਨਸ ਵੀ ਵਿੱਚ ਹੈਗੇ ਆ ਸੋ ਇੱਕ ਆਰ ਲਿਆ ਟੈਂਕ ਜਾ ਇਹ ਕੀ ਆ ਵੀ ਬੈਲੂਨ ਫਲਾਉਂਦਾ ਆ ਤੇ ਆਪਣੇ ਆਪ ਸੀਲ ਕਰ ਦਿੰਦਾ ਇਹ ਵੀ ਵਧੀਆ ਚੀਜ਼ ਆ ਗਾਇਸ ਸੋ ਅੱਜ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਐਪ ਦੇ ਬਾਰੇ ਦੱਸਣਾ ਚਾਹੁੰਦੀ ਹਾਂ ਇਹ ਐਪ ਦਾ ਨਾਮ ਹੈਗਾ ਬਿਨੋਮੋ ਐਪ ਤੇ ਇਹ ਦੋਨੋਂ ਐਪ ਸਟੋਰ ਐਂਡ ਪਲੇ ਸਟੋਰ ਤੇ ਅਵੇਲੇਬਲ ਆ ਇਸ ਐਪ ਤੇ ਤੁਸੀਂ ਡਿਫਰੈਂਟ ਚੀਜ਼ਾਂ ਦੇ ਟ੍ਰੇਡਿੰਗ ਕਰ ਸਕਦੇ ਹੋ ਜਿਵੇਂ ਕਿ ਐਪਲ ਗੋਲਡ ਐਂਡ ਗੂਗਲ ਅਪਾਰਟ ਫਰੋਮ ਦਿਸ ਤੁਸੀਂ ਡਿਫਰੈਂਟ ਕਰੰਸੀਜ਼ ਤੇ ਵੀ ਟ੍ਰੇਡਿੰਗ ਕਰ ਸਕਦੇ ਹੋ ਜਿਵੇਂ ਕਿ USD ਯੂਰੋ ਐਂਡ ਇਸ ਐਪ ਥਰੂ ਤੁਸੀਂ ਅਪ ਟੂ 90% ਪ੍ਰੋਫਿਟ ਕਮਾ ਸਕਦੇ ਹੋ ਸੋ ਬੇਸਿਕਲੀ ਤੁਸੀਂ ਇਸ ਐਪ ਦੇ ਉੱਤੇ ਸਟਾਕ ਦੀ ਵੈਲਿਊ ਫੋਰਕਾਸਟ ਕਰਨੀ ਹੁੰਦੀ ਹੈ ਸਮੇਂ ਦੇ ਅਕੋਰਡਿੰਗ ਇਹ ਇਨਕਰੀਜ਼ ਜਾਂ ਡਿਕਰੀਜ਼ ਹੁੰਦੀ ਰਹਿੰਦੀ ਆ ਮੈਨੂੰ ਮੇਰੇ ਐਕਸਪੀਰੀਅੰਸ ਲੱਗਦਾ ਕਿ ਇਸ ਸਟਾਕ ਦੀ ਵੈਲਿਊ ਅਪ ਜਾਊਗੀ ਸੋ ਮੈਂ ਇਸ ਤੇ 700 ਰੁਪਏ ਦਾ ਫੋਰਕਾਸਟ ਕਰਨ ਲੱਗੀ ਹਾਂ
एंड यस मेरा फोरकास्ट सही निकलिया जिवें कि तुसीं देख सकदे हो। सो गाइस आप इस अमाउंट नूं 24 घंटे दे अंदर अंदर अपने बैंक अकाउंट या फिर पेटीएम अकाउंट दे विच विड्रॉल करा सकदे हो। इस ऐप दा मिनिमम डिपॉजिट हैगा 350 रुपीज, बट जे तुसीं मेरा दिता हुआ प्रोमो कोड यूज करोगे तां इह डबल हो जूगी। इट मीनस जे तुसीं 400 दा टॉप अप करोगे तां 800 हो जूगी। सो गाइस लिंक मैं डिस्क्रिप्शन दे विच दिता हुआ, छेती छेती जाके इस ऐप नूं डाउनलोड करो। एंड डाउनलोड करन साथ तुहानूं 65,000 रुपया फ्री च मिलूगा प्रैक्टिस करन लई। सो देर किस गल दी, आई एम अ बिनोमिस्ट, आर यू? समान ले लिया आ एंड जेहड़े ओहदे मेन गिफ्ट ने ओहनू संडे नू मिलणगे पार्टी ते, बट ओहदे लई मैं इक छोटा जिहा अज लई देण लई गिफ्ट ले आया। पर नहीं पो पा रहा मम्मी। ओहो बाकी डेकोरेशन दा ले आया सटा। ओ बलून सारा हिली वाला पंप जिहा सी ओह रखदा, क्योंकि साडे कोल टाइम घट सीगा। सो असीं ओहदे उत्थे ही बार्गेन बस्टर ते ही सारे बलून खुलवा लांगे हीलियम वाले। ਬੱਜ ਕੇ ਜਾਣ ਕਿਹਦੇ ਪੂਰੇ ਪੂਰੇ ਵੇਟ ਕਰਨ ਲੱਗ ਗਿਆ। ਹਾਂ ਤੁਸੀਂ ਉਹ ਜਾਓ ਦੇਖੋ। ਸੋ ਗਾਇਸ ਮੀ ਬਹੁਤ ਜ਼ਿਆਦਾ ਪੈ ਰਿਹਾ ਤੇ ਹੁਣ ਇੰਦਰ ਜਾ ਰਹੇ ਨੇ ਗੱਡੀ ਲੈ ਕੇ ਆਉਣਗੇ। ਹਾਂ ਅਸੀਂ ਪਹੁੰਚ ਗਏ ਜੀ ਬਾਰਗੇਨ ਬਸਟਰ। ਇੱਥੇ ਆਏ ਬਿਨਾਂ ਤਾਂ ਸਰਦਾ ਹੀ ਨਹੀਂ। ਇਹ ਵਾਲਾ ਨਹੀਂ, ਇੱਧਰ ਦੇਖੋ ਪਿੰਕ 'ਚ। ਹਾਂ ਵਧੀਆ, ਇਹ ਠੀਕ ਆ। ਮੇਰੀ ਗੱਲ ਸੁਣੋ, ਨਾਲੇ ਉਹ ਵੀ ਆਪਾਂ ਉਹ ਵੀ ਲੈਣੇ ਆ ਪਾਰਟੀ ਪੋਪਰਸ। ਐਲੀਫੈਂਟ ਵਾਲਾ ਆ ਲੈਣੇ ਆ, ਇਹ ਲਓ ਕਿੰਨਾ ਕਿਊਟ ਆ, ਇਹ ਆ ਜਾਊਗਾ ਨਾ। ਆ ਲੈ ਲਓ ਫਲਾਵਰ ਵਾਲੀ ਮਾਲਾ, ਉਹ ਰਹਿਣ ਦਿਓ, ਫੁੱਲਾਂ ਵਾਲੀ ਲਓ। ਸੋ ਗਾਇਸ ਅਸੀਂ ਆ ਵਾਲੇ ਬਲੂਨ ਕਰਵਾਏ ਆ, ਸੋਹਣੇ ਲੱਗ ਰਹੇ ਹਨ ਪਿੰਕ ਐਂਡ ਵਾਈਟ। ਐਂਡ ਆ ਗਿੰਨੂ ਨੇ ਸਮਾਨ ਕੱਟਿਆ, ਐਂਡ ਗਿੰਨੂ ਨੇ ਆਪਣੇ ਲਈ ਸਭ ਤੋਂ ਵਧੀਆ ਸਮਾਨ, ਮੇਰਾ ਫੇਵਰੇਟ ਕਾਈਂਡ ਆਫ ਸਮਾਨ ਹੈ। ਐਪ ਸਾਡਾ ਟੁੱਟ ਗਿਆ ਸੀਗਾ, ਇਹਦਾ ਹੈਂਡਲ ਜਾ, ਇਹ ਬਹੁਤ ਜ਼ਰੂਰੀ ਚੀਜ਼ ਆ ਘਰ ਲਈ। ਪੁੱਛ ਲੈਂਦੀ ਹਾਂ। ਐਂਡ ਮੈਂ ਲਈ ਆ ਇੱਕ ਕੋਟਨ ਕੈਂਡੀ ਐਂਡ ਆਹ ਮੋਟੀ ਸੇਮੀਆਂ। ਓਕੇ ਗਾਈਜ਼ ਸਾਰਾ ਕੁਛ ਆਲਮੋਸਟ ਡਨ, ਬਸ ਅਸੀਂ ਹੁਣ ਕੇਕ ਆਰਡਰ ਕਰਨਾ ਤੇ ਅੱਜ ਵਾਲਾ ਕੇਕ ਲੈਣਾ ਆ। ਫਿਰ ਅਸੀਂ ਅੱਜ ਕੋਈ ਗਿਫਟ ਨਹੀਂ ਲੈਣ ਜਾ ਰਹੇ ਹੈਗੇ, ਫਿਰ ਅਸੀਂ ਲੇਟ ਹੋ ਜਾਣਾ ਆ। ਸੋ ਗਿਫਟ ਕਿਉਂਕਿ ਅਸੀਂ ਸੰਡੇ ਨੂੰ ਦੇਣੇ ਆ, ਇੱਕ ਮੈਂ ਲੈ ਲਿਆ ਜਿਹੜਾ ਮੈਂ ਅੱਜ ਦੇਣਾ ਉਹਨੂੰ, ਤੇ ਜਿਹੜਾ ਮੈਂ ਅਸੀਂ ਉਹਨੂੰ ਸੰਡੇ ਨੂੰ ਗਿਫਟ ਦੇਣੇ ਆ ਉਹ ਅਸੀਂ ਕੱਲ੍ਹ ਜਾਂ ਪਰਸੋਂ ਲਿਆਵਾਂਗੇ। ਕੱਲ੍ਹ ਵੀ ਨਹੀਂ ਟਾਈਮ ਲੱਗਣਾ, ਕੱਲ੍ਹ ਸ਼ੂਟ ਆ, ਪਰਸੋਂ ਲੈ ਕੇ ਆਵਾਂਗੇ। ਐਂਡ ਦੈਨ ਬਸ ਹੁਣ ਅਸੀਂ ਘਰ ਜਾ ਕੇ ਡੈਕੋਰੇਸ਼ਨ ਕਰਾਂਗੇ ਉਹਦੇ ਆਉਣ ਤੋਂ ਪਹਿਲਾਂ। ਕੇਕ ਬਾਕਸ, ਕੇਕ ਆਰਡਰ ਕਰਨ ਲਈ ਜਿਹੜਾ ਵੀ ਲੈਣਾ ਕਰਨਾ ਵੀ ਆਰਡਰ, ਬਸ ਜਮਾਂ ਟਾਈਮ ਜਿੱਦੀ ਆਉਣੇ ਆ ਨਾ ਆਪਾਂ। ਉਧਰੋਂ ਲੈ ਲਿਆ ਸਮਾਨ ਟੈਡ ਬੇਕਰ ਤੋਂ, ਟੈਡ ਬੇਕਰ ਗਏ ਸੀ ਅਸੀਂ ਬਾਏ ਦ ਵੇ, ਦੋ ਗਿਫਟ ਮਿਲ ਚੁੱਕੇ ਨੇ। ਹਾਂ ਤੇ ਹੁਣ ਅਸੀਂ ਦੋ ਰਹਿ ਗਏ, ਉਹ ਦੇਖ ਰਹੇ ਹਾਂ। ਦੋ ਗਿਫਟ ਵੀ ਲੈ ਲਿਓ ਤੇ ਟੈਡ ਬੇਕਰ ਤੋਂ। ਬਾਕੀ ਅੱਜ ਪਾਰਸਲ ਪਿਕਅਪ ਕੀਤਾ ਸੀਗਾ ਤੇ ਹੁਣ ਅਸੀਂ ਘਰ ਚੱਲੇ ਆ, ਕਿਉਂਕਿ ਹੁਣ ਟਾਈਮ ਘੱਟ ਰਹਿ ਗਿਆ। ਸੋ ਗਾਈਜ਼ ਹੁਣ ਅਸੀਂ ਚੱਲੇ ਆ ਜੀ ਘਰ ਫਟਾਫਟ, ਬਿਕਾਜ਼ ਫਿਰ ਅਸੀਂ ਬਹੁਤ ਲੇਟ ਹੋ ਜਾਣਾ ਆ, ਡੈਕੋਰੇਸ਼ਨ ਵੀ ਕਰਨੀ ਆ। ਐਂਡ ਗਿਫਟ ਅਸੀਂ ਜਿਹੜੇ ਅੱਜ ਆ ਲਏ ਆ ਦੋ ਟੈਡ ਬੇਕਰ ਵਾਲੇ, ਉਹ ਅੱਜ ਅਸੀਂ ਉਹਨੂੰ ਨਹੀਂ ਦੇਵਾਂਗੇ, ਅੱਜ ਸਿਰਫ ਉਹਨੂੰ ਇੱਕ ਗਿਫਟ ਮਿਲੂਗਾ, ਬਾਕੀ ਅਸੀਂ ਸਾਰੇ ਇਕੱਠੇ ਕਰਕੇ ਉਹਨੂੰ ਦੇਵਾਂਗੇ। ਐਂਡ ਰਸਤੇ ਦੇ ਵਿੱਚ ਉਹਨੂੰ ਭੁੱਖ ਲੱਗੀ, ਸੋ ਮੈਂ ਹੁਣ ਕੋਟਨ ਕੈਂਡੀ ਖੋਲਣ ਲੱਗੀ ਆ ਨਾਲ ਮੋਟੀ ਸੇਮੀਆਂ। ਸੋ ਅਸੀਂ ਉਹਨੂੰ ਹਜੇ ਤੱਕ ਵਿਸ਼ ਵੀ ਨਹੀਂ ਕੀਤੀ ਹੈਗੀ, ਮੈਂ ਸੈਲੀਬ੍ਰੇਟ ਕੀਤਾ ਰਾਤ ਨੂੰ 12 ਵਜੇ ਹਮੇਸ਼ਾ, ਨਹੀਂ ਤਾਂ ਵਿਸ਼ ਕਰਦੇ ਹੁੰਦੇ ਆ ਨਾ, ਉਹ ਵੀ ਨਹੀਂ ਕੀਤਾ, ਨਾ ਉਹਨੂੰ ਮੈਸੇਜ ਕੀਤੇ ਨਾ ਉਹਨੂੰ ਕਾਲ ਕੀਤੀ ਆ। ਤੇ ਹੁਣ ਜਾ ਆਊਗੀ ਉਹ 2 ਘੰਟੇ 'ਚ, ਫਿਰ ਉਹਨੂੰ ਸਰਪ੍ਰਾਈਜ਼ ਦੇ ਨਾਲ ਹੀ ਵਿਸ਼ ਕਰਾਂਗੇ। ਕਰਤਾ ਹੀ ਕੰਮ ਕਿਤੇ ਬੇਬੀ ਲਿਖਿਆ ਤੂੰ ਕੀਤਾ, ਆ ਦੇਖ ਬੇਬੀ ਲਿਖਿਆ ਹੋਇਆ, ਆ ਦੇ ਬੇਬੀ ਕਿੱਥੇ, ਆ ਦੇ ਬੇਬੀ। ਚਲ ਕੋਈ ਨਾ, ਬੇਬੀ ਹੋਈ ਯਾਰ। ਅੱਛਾ ਇਹ ਤੇ ਬੇਬੀ ਲਿਖਿਆ, ਮਾਂ ਕਿਤੇ ਬੇਬੀ ਸਾਈਜ਼ ਦਾ ਆ ਗਿਆ। ਆਇਆ ਡੈਕੋਰੇਸ਼ਨ ਕਰਾ, ਆ ਕਿੰਨੇ ਪਿਆਰੇ ਲੱਗ ਰਹੇ ਆ, ਆ ਫੁੱਲ ਜੇ ਹਨਾ ਕਿੰਨੇ ਪਿਆਰੇ ਲੱਗ ਰਹੇ ਆ। ਕਿੰਨੀ ਕੈਂਚੀ ਲਿਆ ਦੇ, ਕੈਂਚੀ ਲਿਆ ਦੇ।
ਇਧਰ ਸਾਡੇ ਆਪਣੇ ਨਵੇਂ ਬੂਟ ਮੰਗਾਏ ਨੇ ਇਹਨੇ ਇੰਨਾ ਰੰਗ ਚੱਕ ਮਾਰਿਆ ਕਿਉਂ ਮੰਗਵਾਇਆ ਇਹਦੀ ਵੀ ਇਹਨੇ ਸਨੈਪਚੈਟ ਤੇ ਦੇਖਿਆ ਸੀ ਸਨੈਪਚੈਟ ਵਾਲੇ ਬਿੱਟ ਮੋਜ ਨਹੀਂ ਹੁੰਦੇ ਅੱਛਾ ਸੌਂਗਾ ਹੈ ਹਾਂ ਆਈ ਕੰਮ ਕਰਾ ਦੇ ਭਾਜੀ ਕੀ ਕਰਾਵਾਂ ਦੱਸੋ ਹੈਲਪ ਕਰਾਓ ਸਾਡੇ ਨਾਲ ਉਹ ਬੰਦੇ ਨੂੰ ਬੁਲਾਉਣ ਵਾਲੇ ਕਿੱਥੇ ਆ ਉਹ ਸ਼ੈਲੀ ਆਹ ਨਵੀ ਜਸ਼ਨ ਹੋ ਰਿਹਾ ਉਹ ਬਾਬੇ ਜੀ ਪਾਰਕ ਤੇ ਹੋ ਸਾਰਾ ਤਰੀਨ ਹੈ ਨਾ ਫੁੱਲੇ ਬਾੜੇ ਲੱਗੇ ਹੋਏ ਸੋਹਣੇ ਲੱਗੇ ਓਏ मेरी नीली पग नवी दे हार्मोन अजकल उपर नहीं रहते बारे करोगे बैठे आराम नाल आयो चलो जुत्ती हो जाए पूरे तू जूते ही देख ला पूरे बाहर ना जायो उन्हें बार बार फटा दो क्योंकि उत्थे गंदा है का कितने घेंट लग रहा है बाहर है ना कितना सोना लग रहा है बाहर बाहर ना जाइए दीदी दी के बाहर नहीं जाना जशन बाहर ना जाइए इनका आते हाँ इधर कितना प्रिटी लग रहा है बलून्स ना फुल लग रहे ने हुण कितना प्रिटी लग रहा है ये ਇਹ ਸੈਟਅਪ ਅਸੀਂ ਕਦੋਂ ਦਾ ਕਰਨਾ ਚਾਹ ਰਹੇ ਸੀ ਫਾਈਨਲੀ ਅੱਜ ਕਰ ਪਾ ਰਹੇ ਹਾਂ ਉਸਤਾਦ ਇੱਕ ਅੱਧਾ ਦਰਖਤ ਤੇ ਵੀ ਰੱਖਦੇ ਨਹੀਂ ਛੋਟੇ ਲਾ ਦਿੰਦੇ ਬਾਈਟ ਵਿੱਚ ਤਾਂ ਹੀ ਛੋਟੇ ਹੋਣੇ ਮੈਨੂੰ ਲੱਗਦਾ ਮੈਂ ਕਹਿੰਦਾ ਇੱਥੇ ਛੋਟੇ ਲਾ ਦਿੰਦੇ ਦਰਖਤ ਤੋਂ ਤਾਂ ਵੱਡੇ ਲਾ ਦਿੰਦੇ ਆ ਦਰਖਤ ਤੋਂ ਵੱਡੇ ਦਿਖਣਗੇ ਠੀਕ ਆ ਇੱਧਰ ਪਤਾ ਨਹੀਂ ਕਿਵੇਂ ਖੁਸ਼ ਜਾ ਹੋ ਜਾਂਦਾ ਫੋਨ ਦੇਖ ਦੇਖ ਕੇ ਕਦੋਂ ਦਾ ਆ ਦੇਖ ਨਹੀਂ ਸੁਣ ਰਹੇ ਸੀ ਨਹੀਂ ਦੇ ਦੱਤ ਫੋਨ ਸੀ ਉਹਨੇ ਤਾਂ ਨਾ ਕਿਹਾ ਵੀ ਤੂੰ ਇਹ ਫੋਟੋ ਦੇਖ ਦੇਖ ਕੇ ਖੁਸ਼ ਹੋ ਰਿਹਾ ਮੈਂ ਆਪਣੇ ਉੱਠ ਦੇਖ ਕੇ ਬਹੁਤ ਖੁਸ਼ ਡੋਨਟ ਟੈਲ ਅ ਲਾਈ ਨੋ ਜੀ हां उरे ला दो इंजू पूरे हां उरे ला दो डिगूगा नहीं डिगूगा पिछो ओ कर दो टेप ना चंगी तरह पहला अपन नॉर्मली प्रिटेंड करंगे हैना बार तां नु दिखना भी नहीं तुसी टेबल ती ला दो फुल जे इथे ला देने टेबल ते फ्रंट ते ला दो हां टेबल दे गोडियां ते ला दे टेबल दे गोडियां ते ला दे टिड ते ला दो ਐਦਾਂ ਲਾ ਦੋ ਹਾਂ ਤੈਨੂੰ ਉਧਰ ਵਾਲਾ ਬੜਾ ਕੰਮ ਦੱਸੇ ਕਰਦੇ ਦੱਸੋ ਹੀ ਕੀ ਆ ਉਹ ਤੈਨੂੰ ਕਿਹਾ ਮੈਂ ਕਿੰਨੀ ਵਾਰ ਤਾਂ ਕਹਿਤਾ ਵੀ ਬਲੂਨ ਭਰ ਦੇ ਲਵਾ ਕਿਹੜੇ ਕਿਹੜੇ ਆਹਾ ਆ ਪੰਪ ਜਾ ਦੇ ਆ ਖੋਲ ਦੱਸੋ ਉਹ ਦੇਖੋ ਪਿਆ ਡੱਬਾ ਇਹ ਚੀਜ਼ ਕਿਤੇ ਅੱਛਾ ਲੱਗਦਾ ਉਹ ਵੀ ਇੱਥੇ ਤਾਂ ਦੇਖ ਹੀ ਲੈ ਨਾ ਠੀਕ ਆ ਹੁਣ ਦੇਖ ਕੇ ਠੀਕ ਭਰੀ ਕਿਵੇਂ ਹੁੰਦੀ ਹੈ ਬਾਈ ਇਹ 200 ਕਰ ਦੇਖ ਕਿਵੇਂ ਭਰੀ ਜਾਂਦੀ ਆ ਇਹ ਤੇ ਪੜ ਇਨਸਟਰਕਸ਼ਨ ਹੋਣੀ ਕੋਈ ਵਿੱਚ ਜਾਂ ਆਫ ਸਾਈਡ ਤੇ ਆ ਸੀਗੀ पट दी दे आए पट लगे हाय करता जी काम गए सी ਅਸੀਂ ਰੋਕਦਾ ਹੀ ਬੜ ਤੋੜਨ ਲੱਗਿਆ ਸੀ ਮੈਨੂੰ ਖੁੱਲ ਨਹੀਂ ਦੇਈ ਸੀ ਇਹ ਤੇ ਲੱਗਣਗੇ ਠੀਕ ਆ ਲੈਟਸ ਸੀ ਹੁਣੇ ਕਿੱਦਾਂ ਕੰਮ ਕਰਦਾ ਇਹ ਕੀ ਹੋ ਜਾਂਦਾ ਇਹਦੀ ਹਵਾ ਚੱਲਦੀ ਫਿਰ ਮੈਂ ਬੰਦ ਕਰ ਦਿੰਦਾ ਮੈਂ ਹਵਾ ਤੋਂ ਡਰ ਲੱਗਦਾ ਹਵਾ ਤੋਂ ਡਰ ਲੱਗਦਾ ਹਾਂ ਜੀ ਮੈਂ ਬਾਹਰ ਇੱਥੇ ਜਾਂਦਾ ਵੀ ਇੱਧਰ ਆ ਇੱਥੇ ਜੀ ਇੱਧਰ ਉਹ ਸੀ ਅਰੇ ਵੀਰੇ ਕਰ ਗਈ ਓ ਵਾਓ ਫੁੱਟ ਨਾ ਜਾਣ ਓ ਵਾਓ
ਕਰਨਗੇ। ਆਟੋਮੈਟਿਕ ਆਪੇ ਹੋ ਜੂ ਬੰਨੇ ਜਾਣਗੇ ਆਪੇ ਕਰੋ। ਦੁਬਾਰੇ ਚਲ ਫਿਰ ਲੈ ਲਓ। ਚਲ ਫਿਰ ਹੋਰ ਭਰ ਦੇ ਬਲੂਨ ਵਾਲੇ ਭਈਆ ਬਹੁਤ ਹੈ ਦੇ ਦੋ। ਚੱਪਲਾਂ ਬਾਹਰ ਕੀ ਬਾਹਰ ਜਿਹੜੇ ਵੀ ਜਾਊਗਾ ਚੇਂਜ ਕਰਕੇ ਜਾਇਓ ਕਿਉਂਕਿ ਘਾਹ ਬਹੁਤ ਜ਼ਿਆਦਾ ਗੰਦਾ ਆ ਤੇ ਗਿੱਲਾ। ਸੋ ਪੈਡ ਅੰਦਰ ਆਉਣਗੀਆਂ ਐਂਡ ਆਹ ਡੈਕੋਰੇਸ਼ਨ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਆ ਹਨਾ। Something different. ਹਾਂ ਆਪਾਂ ਨੂੰ ਹੁੰਦਾ ਸੀਗਾ ਕਿ ਬਾਹਰ ਕਰੀਏ ਕਿਸੇ ਦਿਨ ਬਟ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਆ। ਜੇ ਕਿਤੇ ਹਵਾ ਨਾ ਹੁੰਦੀ ਫਿਰ ਹੋਰ ਵੀ ਕੁਛ ਕਰ ਸਕਦੇ ਸੀ। ਹਵਾ ਬਹੁਤ ਜ਼ਿਆਦਾ ਆ। ਸਰ ਜੀ ਬਾਹਰ ਗਏ ਤੇ ਕਾਂਡ ਕਰਤਾ। ਹਾਏ ਚੱਕ ਮੜੇ ਸਾਈਡ ਤੇ ਰੱਖ ਦੋ ਨਾ ਥੋੜੇ ਉਹਦੇ ਨਾਲ।